ਸੋ ਪੰਜਾਬ ਦੀ ਸਿਆਸਤ ਦੇ ਵਿੱਚ ਕਈ ਦਿਨਾਂ ਤੋਂ ਗਹਿਮਾ ਗਹਿਮੀ ਤਾਂ ਨਜ਼ਰ ਆ ਰਹੀ ਥੀ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਨੇ 2017 ਚੋਣਾਂ ਲਈ ਪਹਿਲੇ ਉਮੀਦਵਾਰ ਦੇ ਤੌਰ ਦੇ ਉੱਤੇ ਖੁਦ ਦੇ ਨਾਂ ਦੇ ਉੱਤੇ ਮੋਹਰ ਲਗਾਈ ਹੈ। ਉਹਨਾਂ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਦੀ ਥਾਂ ਉਹ ਖੁਦ ਲੜਨਗੇ, ਨਾਲ ਹੀ ਉਹਨਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਹੋਣ ਦੀ ਕਾਮਨਾ ਵੀ ਕੀਤੀ। ਦੱਸਦੇ ਕਿ ਪੰਜਾਬ ਦੌਰੇ 'ਤੇ ਆਏ ਕਿਰਨ ਰਿਜੀਜੂ ਦੇ ਪੰਜਾਬ 'ਚ ਡਿਸਟਰਬੈਂਸ ਵਾਲੇ ਮਾਹੌਲ ਨੂੰ ਉਹਨਾਂ ਗੈਰ ਜ਼ਿੰਮੇਵਾਰਾਨਾ ਬਿਆਨ ਦੱਸਿਆ। ਕੋਈ ਨਾਰਾਜ਼ਗੀ ਨਹੀਂ ਹੈ, ਬਿਲਕੁਲ ਇਹਦੇ ਇਹ ਫੇਅਰਨੈਸ ਹੈ। ਸਾਰਿਆਂ ਨੂੰ ਇੱਕ ਮੌਕਾ ਮਿਲਣਾ ਚਾਹੀਦਾ ਹੈ ਔਰ ਇੱਕ ਫੈਮਿਲੀ ਤੋਂ ਇੱਕ ਬੰਦਾ ਆਉਣਾ ਚਾਹੀਦਾ। ਔਰ ਮੈਨੂੰ ਨਹੀਂ ਪਤਾ ਕਿਹੜਾ ਨਾਰਾਜ਼ਗੀ ਤੁਹਾਨੂੰ ਜ਼ਾਹਰ ਕਰ ਰਿਹਾ। ਮੈਂ ਕਰ ਰਿਹਾ ਨਹੀਂ, ਉਹ ਨਹੀਂ ਕਰ ਰਿਹਾ। ਉਹ ਸ਼ੀ ਵਿਲ ਪ੍ਰਿਪੇਅਰ ਫੋਰ ਪਾਰਲੀਮੈਂਟ। ਵੈਲ ਆਈ ਹੋਪ ਹੀ ਰਿਕਵਰਸ, ਨੋਬਡੀ ਵਿਸ਼ਿਸ ਐਨੀ ਵਨ ਇਲ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਸਿਹਤ ਠੀਕ ਰਹੇ ਔਰ ਉਹ ਫਿਰ ਹਾਸਪਿਟਲ 'ਚੋਂ ਆ ਕੇ ਆਪਣਾ ਕੰਮ ਕਰਨ। ਇਹ ਬਿਲਕੁਲ ਗਲਤ ਬਾਤ ਹੈ। ਆਈ ਡੋ ਨੋਟ ਨੋ ਹਾਊ ਦਿਸ ਡਿਪਟੀ ਹੋਮ ਮਿਨਿਸਟਰ ਮੇਡ ਸੱਚ ਅ ਸਟੇਟਮੈਂਟ। ਪੰਜਾਬ ਦੇ ਵਿੱਚ ਟੋਟਲ ਪੀਸ ਹੈ। ਅਗਰ ਕਿਤੇ ਡਿਸਟਰਬ ਕਰਦੇ ਨੇ ਇਹ ਜਿਹੜੇ ਟੈਰਰਿਸਟ ਆਉਂਦੇ ਨੇ ਉਹ ਉੱਧਰੋਂ, ਫਿਰ ਬੀ ਆਪਣੀ ਬੀ ਐੱਸ ਐੱਫ ਨੂੰ ਤੈਨਾਤ ਕਰੇ, ਉਹਨਾਂ ਦੀ ਬੀ ਐੱਸ ਐੱਫ ਹੈ, ਸਾਡੇ 'ਤੇ ਕਿਉਂ ਪਾਉਂਦੇ ਨੇ? ਇੱਥੇ ਮਾਹੌਲ ਵਧੀਆ ਹੈ ਪੰਜਾਬ ਦਾ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ। ਔਰ ਇਹ ਜੀ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਜਿਹੜੀ ਇਹ ਮਿਨਿਸਟਰ ਆਫ ਸਟੇਟ ਨੇ ਦਿੱਤੀ ਹੈ, ਇਟ ਇਜ਼ ਵੈਰੀ ਅਨਫੋਰਚੁਨੇਟ।